वेलकम बैक टू आवर यूट्यूब चैनल वाइट हार्ट ब्लॉग्स। ओए बाबे की है वाइट हार्ट ब्लॉग्स ब्लॉग्स सानू ना नहीं कोई लगता, इसलिए जो पुराना साडा चैनल हैगा वा गाने वाला आपा ओदे ते रखता। मैं गूगल बहुत ज्यादा कीता आपा ना लभन नु, बाकी ठीक है। बाद च अगर कोई वधिया लगा चेंज भी कर सकदे, नहीं तो ठीक है। तो पिछली वीडियो जी साडी आई ओदे विच एक छोटी जी प्रॉब्लम हो गई कि आपा इंट्रो नहीं दित्ती। क्यों? क्योंकि सडनली जो आप घरों बाहर निकले लिफ्ट के बच्चे ही, तो सडनली मैं गेल में कहा, मैं यार बाबे व्लॉग बनाने करने व्लॉग है ना। अगला कहता ले हूने स्टार्ट कर एडिटिंग, मैं कर दंगा ठीक है। अगो थोड़ा मैं भी पुश कर छड़िया, पुश कीता पिछली बार, क्या है ना पुश बाबा वाला पुश ते फिर पुश कर छड़िया। फिर सोचा कि चलो व्लॉग बना लिया करांगे आपा, ते इसलिए आपा सारे ने एनका भी असली लाई आवा, कपड़े भी थोड़े जे पूरे बच्चे इस बार मच्छर 500 व्यू आ गया ना राजवीर सिंह गिल। मेरा नाम रोहित है, एदा नाम आ सतनाम सिंह, एस सतनाम 81। हां जी, जो भी आईडी है ठीक है। हां जी, ए हैगा जी दुआबे तो, मैं हैगा जी माझे तो, ए हैगा जी मालवे तो, ठीक है। तिने ही ਹੈਗੇ ਤੇ ਪੰਜਾਬੀ ਆਪਾਂ ਸਾਰੇ ਤਿੰਨੇ ਪੰਜਾਬ 'ਚ ਆਉਂਦੇ ਸਹੀ ਆ, ਇਕੱਠੇ ਰਹਿੰਦੇ ਹਾਂ। ਬਾਕੀ ਆਪਾਂ ਵਲੋਗ ਬਣਾਇਆ ਸੀ, ਇਸ ਲਈ ਬਣਾਇਆ ਹੈ ਕਿ ਨੋਰਮਲੀ ਫੰਕਸ਼ਨ ਵਾਸਤੇ ਬਣਾਇਆ ਹੈ। ਤੁਸੀਂ ਵਧੀਆ ਕੀਤਾ ਸਾਰਿਆਂ ਦੇ, ਬਹੁਤ ਜ਼ਿਆਦਾ ਮੈਸੇਜ ਆ, ਇੰਨੀ ਉਮੀਦ ਨਹੀਂ ਹੈ ਜਿੰਨੇ ਮੈਸੇਜ ਕੀਤੇ, ਇਸ ਲਈ ਆਪਾਂ ਕੰਟੀਨਿਊ ਕਰਾਂਗੇ ਵਲੋਗ ਨੂੰ। ਦੂਸਰੀ ਗੱਲ ਕਿ ਆਪਾਂ ਵਿਆਨਾ 'ਚ ਰਹਿੰਦੇ, ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਵੈਸੇ ਆਲਮੋਸਟ। ਹਲੇ ਤੁਹਾਡੀ ਗਰੋਥ ਵਧਦੀ ਗਈ ਉਦਾਂ ਉਦਾਂ ਆਪਾਂ ਅੱਗੇ ਅੱਗੇ ਵਲੋਗ ਵੀ ਵਧਦੇ ਜਾਣੇ, ਜਿੰਨਾ ਤੁਹਾਡੇ ਵਲੋਗ ਵਧਦੇ ਜਾਣਗੇ ਜਿੰਨਾ ਜਿੰਨਾ ਤੁਸੀਂ सब कुछ आंदे रहेंगे। इस महीने एक होर सोंग आएगा मेरा, सब कुछ वधिया। ते बाकी हुण तुहानू आपां दस्सांगे अज आपां की करना है, की नहीं, कित्थे घूमण जावांगे, की नहीं, थोड़ी जी मतलब आपां एरिया एक्सपलोर कर रहे हले व्याना दे, पूरा व्याना नहीं कर रहे पर थोड़े थोड़े एरिया एक्सपलोर कर रहे हैं। ਤੇ ਧੰਨਵਾਦ, ਇਹਦੇ ਸਪੋਰਟ ਕਰਦੇ ਰਹੋ ਤੇ ਇਦਾਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ, ਕਮੈਂਟ ਕਰਦੇ ਰਹੋ ਵਧੀਆ ਵਧੀਆ ਯਾਰ, ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਵੀਡੀਓ ਦੇਖ ਕੇ ਲਾਈਕ ਹੀ ਕਰ ਦਿਆ ਕਰੋ, ਕੋਈ ਚੱਕਰ ਨਹੀਂ। ਅਰੇ ਕਹਿਣਾ ਕੀ ਚਾਹਤੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ, ਸਬਸਕ੍ਰਾਈਬ ਵੀ ਕਰ ਦਿਆ ਕਰੋ ਯਾਰ। ਸਾਡੇ ਨਾ ਹਲੇ ਸਿਰਫ ਭਾਵੇਂ 40 ਸਬਸਕ੍ਰਾਈਬ ਹੋਏ ਪਰ ਮੋਰ ਦੈਨ 500 ਵਿਊ ਵੱਜ ਗਏ, ਇਹ 40 ਵੀ ਸਾਨੂੰ 1 ਮਿਲੀਅਨ ਵਰ ਗਈ ਨੇ। ਹਾਂਜੀ, ਜਿੱਦਾਂ ਕਿ ਆਪਾਂ ਜਦੋਂ ਵਲੌਗ ਸਟਾਰਟ ਕਰੀ ਤਾਂ ਸਭ ਤੋਂ ਪਹਿਲੇ ਸਾਡੇ ਮੁੰਡਿਆਂ ਨੂੰ ਯਾਨੀ ਕਿ ਮੈਨੂੰ ਵੀ ਭੁੱਖ ਲੱਗਦੀ ਹੈ, ਆਦੀ ਦਾ ਸਾਡਾ ਵਲੌਗ ਤੋਂ ਸ਼ੁਰੂ ਹੁੰਦਾ, ਭੁੱਖ ਤੋਂ ਸ਼ੁਰੂ ਹੁੰਦਾ, ਭੁੱਖ ਤੇ ਹੀ ਖਤਮ ਹੋ ਜਾਂਦਾ। ਤੇ ਹੁਣ ਆਪਾਂ ਮੈਕਡੋਨਲਡ ਆਏ ਨੇ ਤੇ ਤੁਹਾਨੂੰ ਉੱਥੇ ਦਾ ਕੁਝ ਖਾ ਕੇ ਫਿਰ ਅੱਗੇ ਕੰਟੀਨਿਊ ਕਰਾਂਗੇ ਆਪਾਂ ਸਭ ਕੁਝ, ਠੀਕ ਹੈ। ਜਾਂ ਪਾਏ ਨੇ ਤੁਹਾਨੂੰ ਜਿਹੜੀ ਇੱਕ ਡਿਸਟ੍ਰਿਕਟ ਦੇ ਨਜ਼ਾਰੇ ਦਿਖਾਉਣ, ਇੱਥੇ ਸਾਰੇ ਮਿਊਜ਼ੀਅਮ ਆ ਤੁਹਾਨੂੰ ਦਿਖਾਉਂਦੇ ਆ ਹੁਣੇ। ਇੱਥੇ ਸਾਰਾ ਮਤਲਬ ਸਰਕਾਰੀ ਕੰਮ ਵੀ ਹੁੰਦਾ, ਜੋ ਵੀ ਵਿਆਨਾ ਦਾ ਹੁੰਦਾ, ਆਸਟਰੀਆ ਦਾ ਹੁੰਦਾ, ਸਾਰਾ ਸਰਕਾਰੀ ਕੰਮ ਵੀ ਹੁੰਦਾ। ਪ੍ਰੈਜ਼ੀਡੈਂਟ ਵੀ ਇੱਥੇ ਕਿਤੇ ਰਹਿੰਦਾ ਰਹਿੰਦਾ ਹੋਵੇਗਾ, ਪਤਾ ਨਹੀਂ ਹੁਣ, ਉਹ ਤਾਂ ਨਹੀਂ ਪਤਾ। ਅਤੇ ਪਰ ਮਿਊਜ਼ੀਅਮ ਵਗੈਰਾ ਸਭ ਕੁਛ ਹੈਗਾ ਇੱਥੇ। 1289 ਦਾ ਬਣਿਆ ਹੈ, ਕਾਫੀ ਪੁਰਾਣਾ ਹੈ ਅਤੇ ਹੁਣ ਤਾਂ ਪਤਾ ਨਹੀਂ, ਕਹਿੰਦੇ ਮਿਊਜ਼ੀਅਮ ਹੈ, ਬਾਕੀ ਤੁਹਾਨੂੰ ਦਿਖਾਉਣੇ ਹੁਣ ਨਜ਼ਾਰਾ ਦੇਖਿਓ ਥੋੜਾ ਜਿਹਾ।
ਕਹਿੰਦੇ ਨੇ ਹੈਲਡਨ ਪਲਾਂਟਸ ਇੱਥੇ ਸਾਰਾ ਲਿਖੇ ਆ ਵੇ ਕਿੱਧਰ ਕਿੱਧਰ ਕਿਹੜਾ ਮਿਊਜ਼ੀਅਮ ਕਿੱਧਰ ਹੈ ਇਹ ਮੇਨ ਐਂਟਰੈਂਸ ਹੈ ਇੱਥੋਂ ਜਾਣ ਲਈ ਇੱਕ ਡਿਸਟ੍ਰਿਕਟ ਇਹ ਹੁਣ ਆਪਾਂ ਕਾਫੀ ਟੂਰਿਸਟ ਆਉਂਦੇ ਨੇ ਇੱਥੇ अज तुहानू आपां असली ब्यूटी दिखावांगे वियाना दी जिहड़ी मेन वियाना सेंटर है जरा ते तुसीं देखियो इत्थे आ दोनों जाने आ इक पिछे स्टारबक्स भी हैगा दोनों जाने खड़े आ ਤੇ ਹੁਣ ਆਪਾਂ ਸਟਾਰਬਕਸ ਤੋਂ ਨਿਕਲ ਆਏ ਆ ਤੇ ਸਤਨਾਮ ਜੀ ਆਰਵੀ ਗਿੱਲ ਇੱਕ ਚ ਘੁੰਮਣ ਦੇ ਨੇ ਤੇ ਇਹਨਾਂ ਨੇ ਲਈ ਆ ਦੋਨਾਂ ਨੇ ਆਈਸ ਟੀ ਮੈਨੂੰ ਆਈਸ ਟੀ ਨਹੀਂ ਪਸੰਦ ਤੇ ਮੈਂ ਫਰੈਪੇ ਲੈ ਲਿਆ ਕਿ ਗਰਮੀ ਆ ਨੋਰਮਲ ਤੇ ਆਪਾਂ ਚਾਹ ਪੀਂਦੇ ਹੁੰਦੇ ਹਾਂ ਤੇ ਇੱਧਰ ਦੇਖ ਲਓ ਜੀ ਗੂਚੀ ਫੈਂਡੀ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਹਰ ਇੱਕ ਤਰ੍ਹਾਂ ਦਾ ਇੱਥੇ ਇੱਧਰ ਖਾਣ ਪੀਣ ਨੂੰ ਵੀ ਹੈਗਾ ਸਮਾਨ ਡਿਓਰ ਆ ਟਿਫਨੀ ਲੈ ਦੇ ਮੈਨੂੰ ਟਿਫਨੀ ਕਹਿੰਦੀ ਲੈ ਦਿੰਦੇ ਹਾਂ ਇੱਥੋਂ ਤੁਸੀਂ ਸੀ ਫੂਡ ਖਾ ਸਕਦੇ ਹੋ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿ ਆਪਾਂ ਵੀ ਫਿਰ ਤੁਹਾਨੂੰ ਅੰਦਰ ਜਾ ਕੇ ਦੱਸੀਏ ਖਰੀਦੀਏ ਇਹੋ ਜਿਹੇ ਪਾ ਕੇ ਦੱਸੀਏ ਕਰੀਏ ਕਿ ਕੋਈ ਤਰੀਕਾ ਹੈ ਭੀਖ ਮੰਗਣੇ ਦਾ ਇਹ ਹੈਸੀਅਤ ਨਹੀਂ ਹੈਗੀ ਅੰਦਰ ਜਾਣਾ ਨਹੀਂ ਆਪਾਂ ਬਾਹਰੋਂ ਵੇਖ ਕੇ ਬਾਹਰੋਂ ਵੇਖ ਕੇ ਖੁਸ਼ ਹੋ ਜਾਈਦਾ ਠੀਕ ਆ ਤੇ ਪਿੱਛੇ ਬਰਬਰੀ ਹੈ ਮੰਗਿਆ ਇਹ ਦੇਖ ਲਓ ਹੁਣ ਤੁਹਾਨੂੰ ਖੂਬਸੂਰਤੀ ਦਿਖਾਉਂਦੇ ਆ ਵਿਆਹ ਦਾ ਬਾਬੇ ਫੈਕਸੀ ਦੇ ਦਿਖਾ ਫੈਕਸੀ ਫੈਕਸੀ ਵੀ ਦਿਖਾ ਦਿੰਦੇ ਆ ਇਹ ਦੇਖ ਲਓ ਇਹ ਟੈਕਸੀ ਦੀ ਨਾਲ ਦੀ ਇਹ ਫੈਕਸੀ ਆਹ ਦੇਖ ਲਓ ਜੀ ਐਲਵੀ ਦਾ ਸ਼ੋਰੂਮ ਗਿੱਲ ਸਾਹਿਬ ਜੀ ਕਹਿੰਦੇ ਤੁਸੀਂ ਕੌਣ ਅੱਜ ਮਛੇਰਾ ਜੀ ਇਹਨੂੰ ਕਹਿੰਦੇ ਆ ਸਟੈਫਨ ਪਲਾਂਟ ਹਾਂਜੀ ਹੁਣ ਆਪਾਂ ਆਏ ਨੇ ਇੱਕ ਡਿਸਟ੍ਰਿਕਟ ਸਟੈਫਨ ਪਲਾਂਟ ਇਹਨੂੰ ਕਹਿੰਦੇ ਆ ਸਟੈਫਨ ਪਲਾਂਟ ਦਾ ਸੈਂਟਰ ਆਫ ਵਿਆਨਾ ਨਾ ਸੈਂਟਰ ਹੀ ਆ ਨਾ ਸਿਟੀ ਸੈਂਟਰ ਕਹਿ ਦਿੰਦੇ ਸ਼ੋਪਿੰਗ ਸੈਂਟਰ ਵੀ ਕਹਿ ਸਕਦੇ ਸ਼ੋਪਿੰਗ ਦੇ ਵਾਸਤੇ ਹਰ ਇੱਕ ਜਗ੍ਹਾ ਕਰ ਸਕਦੇ ਬਟ ਇੱਥੋਂ ਦੇ ਜਿਹੜੇ ਬ੍ਰਾਂਡ ਆ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਆ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਲਾਈਕ ਤੁਹਾਨੂੰ ਪਹਿਲੇ ਵੀ ਦੱਸਿਆ ਡਿਓਰ ਗੁੱਚੀ ਸਾਰੇ ਲਗਜ਼ਰੀ ਬ੍ਰਾਂਡ ਸ਼ਨੈਲ ਠੀਕ ਆ ਹਰ ਇੱਕ ਤਰ੍ਹਾਂ ਦੇ ਵੈਸੇ ਇੱਥੇ ਦਲਜੀਤ ਦਾ ਸ਼ੂਟ ਵੀ ਹੋਇਆ ਸੀ ਬਟ ਮੈਨੂੰ ਨਹੀਂ ਪਤਾ ਉਹਦੀ ਵੀਡੀਓ ਕਿਉਂ ਨਹੀਂ ਆਈ ਇਹ ਅਵੋਇਡ ਗਾਣੇ ਵਿਚਾਰੇ ਬਹੁਤ ਲੋਕੀ ਵੇਟ ਕਰ ਰਹੇ ਨੇ ਕਿ ਸਾਡੀ ਵੀਡੀਓ ਆਏਗੀ ਸਾਡੀ ਆਏਗੀ ਉਹਦੇ ਵਿੱਚ ਹਾਂ ਪਤਾ ਨਹੀਂ ਕਹਿੰਦੇ ਆਪਾਂ ਵੀਡੀਓ ਹੀ ਨਹੀਂ ਕੱਢਣੀ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦੱਸਣੇ ਆ ਹੋਰ ਵਿਆਨਾ ਦੀ ਖੂਬਸੂਰਤੀ ਇੱਥੇ ਕਹਿੰਦੇ ਕਿ ਇਹ ਸਿਟੀ ਆ ਨਾ ਜਿਹੜੀ ਸਭ ਤੋਂ ਖੂਬਸੂਰਤ ਆ ਵੈ ਹੈਗੀ ਵੀ ਹੈਗੀ ਐਕਸਪੈਂਸਿਵ ਵੀ ਹੈਗੀ ਆ ਰਿਚ ਵੀ ਹੈਗੀ ਆ ਸਾਰੇ ਮਤਲਬ ਕਿ ਐਂਡੀ ਆ ਬਸ
पीसफुल तो है ही है, सारा ऑस्ट्रिया पीसफुल है। वैसे क्या जाए तो सारा यूरोप ही पीसफुल है, ठीक है। क्राइम वगैरह बाकी कंट्रिया नाल बहुत घट है। आप इतने आए ने तुहानू दसन वियाना की सब तो पुरानी सब तो वड्डी चर्च, लंबी वड्डी है ना। ये अराउंड किन्ने फुट है? 105-110 फुट भी लोग नहीं देखने आते दूरों दूरों, हैगी भी बहुत सोहनी है। रौनक देखियो, सारा कुछ देखियो तुम। बाकी सारी रौनक लागे छागे दी। लोग इंजॉय कर रहे ने। इतने काफ़ी ज़्यादा टूरिस्ट आते हैं, तुम देख सकते हो घोड़िया का भी नुक्स नुक्स। अगर ओवरऑल देखा जाए तो बहुत सोहनी सिटी है। तुहानू सबनू एक बार तो इत्थे आना ही चाहिए कि इत्थों दी रॉयल्टी देख सकते हो तुम। रॉयल्टी होंदी है ना, वह देख सकते हो तुम जरूर। आ स्नाइप, मोस्टली मैं स्नाइप्स ते जेडी तो शूज़ लैंदा हुंदा, क्योंकि सच्ची दसा तो ऑफ लगती है तो उत्तों शूज़ वधिया हुंदे आ। ते बाकी देख सकते हो बिल्डिंग ते तुहानू पता हर एक बहुत सोहनी है।
लोग इतने घूमते आ फिरते सिम ना लियो यार एदी आप प्रमोशन ही डिमोशन कर रहे हैं एदी सिम ना लियो बड़े पैसे लेंदे जे मैनू तो सतनाम नू लुट के खा लिया जे चीजा वगैरा लैके जांदे ने यादगारी एक और स्टारबक्स आ गया ते लोकी चाह चू पी रहे ने इत्थे बह के दे सकदे हो ते जिद्दां कि मैं पहले भी बोलिया सी ਤੁਸੀਂ ਅਗਰ ਟਰਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਾਡੇ ਵੱਲੋਂ ਕੋਈ ਨਾਂ ਨਹੀਂ ਹੈਗੀ ਠੀਕ ਆ ਬਾਕੀ ਸਭ ਕੁਛ ਓਕੇ ਆ ਇੱਥੋਂ ਦੇ ਲੋਕਾਂ ਨੂੰ ਬਾਕੀ ਕੰਟਰੀਆਂ ਨਾਲੋਂ ਦੇਖੋ एक कॉफ़ी लेंदे ने चाह लेंदे ने आइसक्रीम कुछ भी वट एवर जो भी लेना चाहते हो खाने लैके बहे ने तीन तीन घंटे बैठे रहना उन्होंने बस कोई टेंशन नहीं कोई कुछ नहीं साढ़े वाले कि सानू ही बड़ी टेंशन होंगी है कभी आ करना कभी वो करना काम ही नहीं मुकते। दूसरी गल कि इत्थे सब तो ज़्यादा प्रैफर पैदल वाले फिर आँदी साइकिल वाले फिर आँदी गड्डी गुड्डी वाले सही बोलना ना बाबी सही बोलता ना मैं हाँ जी हाँ तू गलत बोल सकता बाबी। 12 महीने ही टूरिस्ट कंट्री आ जे आप सिटी की गल करिए आप मोस्टली सिटी की गल कर रहे हैं 12 महीने टूरिस्ट सिटी आ क्योंकि इतने लोग गर्मियों से भी बहुत आते हैं घूमन लिये सर्दियों से भी बहुत आते हैं इतों का क्रिसमस वगैरह बहुत मशहूर है वैसे फिनलैंड का ज्यादा मशहूर है पर उस तो बाद वियना का ज्यादा लोग प्रैफर करते हैं पर ज्यादा इधर समर च ही आते हैं समर च ही आते हैं हूँ जिदा यार अपनी अपनी चॉइस है इन्हों समर इतों का पसंद है मैं क्रिसमस वगैरह विंटर पसंद है ना विंटर से भी काफ़ी लोग आते हैं तो बहुत सोहनी सिटी है हूँ आप तुम देख सकते इतने कि लोग बैठे हुए ने इंजॉय कर रहे हैं अपनी लाइफ जिदा कि आप कर रहे बाकी हूं तुहानू थोड़ा जिहा समुंदर दिखाने तुसीं देखियो ऑस्ट्रेलिया दा छोटा जिहा समुंदर समुंदरी ਬਲੌਗ ਦੇ ਚੱਕਰਾਂ 'ਚ ਇੱਥੋਂ ਤੱਕ ਕਰਦੇ ਤੇ ਆ ਗਏ ਅਸੀਂ ਲੈ ਦੇ ਕੇ ਇਹੀ ਹੈ ਨਾ ਕੋ ਵਿਚਾਰਿਆਂ ਜੋ ਛੋਟਾ ਜਿਹਾ ਸਮੁੰਦਰ ਆ ਲੈ ਦੇ ਕੇ ਨਦੀ ਜੀ ਇਹ ਨਦੀ ਦੇ ਛੱਪੜ ਛੱਪੜ ਨਹੀਂ ਯਾਰ ਜ਼ਿਆਦਾ ਤੂੰ ਲੱਸੀ ਕਰ ਰਿਹਾ ਜ਼ਿਆਦਾ ਇਹ ਮਤਲਬ ਕਿ ਕਹਿ ਸਕਦੇ ਹੋ ਵਿਆਨਾ ਦੀ ਛੋਟੀ ਜਿਹੀ ਨਾਇਗਰਾ ਫਾਲ ਆ ਸਹੀ ਆ ਕੋਈ ਟੈਨਸ਼ਨ ਨਹੀਂ ਕੋਈ ਹੈ ਨਹੀਂ ਵੱਡਾ ਛੋਟਾ दो बीरा लो वाइन लो कुछ भी लो आराम ना तुम इतने बैठो शिप से बैठो जो मर्जी साइकिलिंग करो इंजॉय करो अपनी लाइफ। हाँ जी तो अज का ब्लॉग साडा इत्थे खत्म हुंदा है ना तो आप घर जा रहे हैं बस हूँ घर जाते हुए थोड़ा जिहा समान लिया वा वो तुहानू पता ही है लेना ही हुंदा तो बाकी जे तुहानू साडा ब्लॉग वधिया लगेगा तो प्लीज़ शेयर कमेंट जरूर करके दस्या करो जिहड़ी चीज वधिया लगदी है ते जिहड़ी घटिया भी लगदी तां भी कर दिया करो कोई चक्कर नहीं असीं गुस्सा नहीं करदे आपां नहीं गुस्सा करदे भरा सही है ना सही सही बाकी लाइक लाइक कमेंट और सब्सक्राइब जरूर करियो हां जी बस दिलो साडी की कहंदे नु बब्बे हां दिलो हड्डी पुकार जरूर सुनो पुकार दिल दी पुकार जरूर सुनियो ते शेयर भी कर दिया करो यार अगर तुसी शेयर कर दिया फेर ही साडे व्यू वजणगे हां हां फेर ही सानू साडे अंदरो मोटिवेशन मिलेगी मोटिवेशन साडे अंदरो आवाज आएगी कि नहीं उठ रोहित उठ ब्लॉग बनाना तुम कर सकते हो हां बस ठीक है ते बाकी पिछला ब्लॉग ही एदा ही बनाया ही पर तुसी बहुत प्यार की दित्ता हां जी धन्यवाद दित्ता बहुत वधिया कीता थैंक यू थैंक यू।